ਸਸ ਸਗਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਆਪ ਸਭ ਨੂੰ ਜਿਹੜੇ ਤੁਹਾਡੇ ਫਾਈਨਲ ਪੇਪਰ ਨੇ ਫਰਵਰੀ ਚ ਸ਼ੁਰੂ ਹੋਣ ਜਾ ਰਹੇ ਹਨ ਉਹਨਾਂ ਬਾਰੇ ਪਤਾ ਤਾਂ ਲੱਗ ਹੀ ਗਿਆ ਹੋਵੇਗਾ ਪਰ ਉਸ ਤੋਂ ਇਲਾਵਾ ਕੁਝ ਹੋਰ ਹਦਾਇਤਾਂ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਜੋ ਕਿ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਨਾਲ ਹੀ ਤੁਹਾਡੇ ਪ੍ਰੀ ਬੋਰਡ ਦੇ ਪੇਪਰਾਂ ਬਾਰੇ ਵੀ ਜਾਣਕਾਰੀ ਦਵਾਂਗੇ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਸੋ ਵਧੇਹਾ ਕਬਰ ਵਾਲੇ ਸੋ ਸਭ ਤੋਂ ਪਹਿਲਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਇਹ ਜਿਹੜਾ ਪ੍ਰੈਸ ਨੋਟ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤਾ ਗਿਆ ਹੈ ਕਾਰਜ ਸੰਚਾਲਨ ਸ਼ਾਖਾ ਵੱਲੋਂ ਸੋ ਸ਼ੁਰੂ ਕਰਦੇ ਹਾਂ ਸਲਾਨਾ ਪ੍ਰੀਖਿਆ ਫਰਵਰੀ ਮਾਰਚ 2023 ਪਹਿਲਾ ਨੰਬਰ 1 ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ 8ਵੀਂ 10ਵੀਂ ਅਤੇ 12ਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਫਰਵਰੀ ਮਾਰਚ 2023 ਵਿੱਚ ਸ਼ੁਰੂ ਹੋਣ ਕਰਕੇ 5ਵੀਂ ਸ਼੍ਰੇਣੀ ਦੀ ਪ੍ਰੀਖਿਆ ਮਿਤੀ 16 2 2023 ਤੋਂ 24 2 2023 ਤੱਕ 8ਵੀਂ ਸ਼੍ਰੇਣੀ ਦੀ ਪ੍ਰੀਖਿਆ ਮਿਤੀ 20 2 2023 ਤੋਂ 6 3 2023 ਤੱਕ ਤੇ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਮਿਤੀ 20 2 2023 ਤੋਂ 13 4 2023 ਤੱਕ ਅਤੇ 10ਵੀਂ ਸ਼੍ਰੇਣੀ ਦੀ ਪ੍ਰੀਖਿਆ 21 3 2023 ਤੋਂ 18 4 2023 ਤੱਕ ਹੋਣਗੀਆਂ। ਪਿਆਰੇ ਨੰਬਰ 2 ਇਨ੍ਹਾਂ ਸ਼੍ਰੇਣੀ ਦੀਆਂ ਲਿਖਤੀਆਂ ਪ੍ਰੀਖਿਆਵਾਂ ਪ੍ਰੀਖਿਆਵਾਂ ਤੋਂ ਬਾਅਦ ਪਰੋਗੀ ਪ੍ਰਯੋਗੀ ਪ੍ਰੀਖਿਆਵਾਂ ਹੋਣਗੀਆਂ ਪਰ 10ਵੀਂ 12ਵੀਂ ਸ਼੍ਰੇਣੀ ਐਨ ਐਸ ਕਿਊ ਐਫ ਦੇ ਪ੍ਰਯੋਗੀ ਵਿਸ਼ਾ 12ਵੀਂ ਸ਼੍ਰੇਣੀ ਦੇ ਵੋਕੇਸ਼ਨਲ ਗਰੁੱਪ ਦੇ ਵਿਸ਼ਿਆਂ ਅਤੇ 10ਵੀਂ ਸ਼੍ਰੇਣੀ ਦੇ ਪ੍ਰੀ ਵੋਕੇਸ਼ਨਲ ਪ੍ਰਯੋਗੀ ਪ੍ਰੀਖਿਆਵਾਂ ਮਿਤੀ 23-1-2023 ਤੋਂ 1-2-2023 ਤੱਕ ਕਰਵਾਈਆਂ ਜਾਣਗੀਆਂ ਇਹ ਪ੍ਰੀਖਿਆਵਾਂ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋ ਕੇ ਕਰਵਾਈਆਂ ਜਾਣਗੀਆਂ ਅਗਿਆ ਨੰਬਰ 3 ਇਨ੍ਹਾਂ ਸ਼੍ਰੇਣੀਆਂ ਦੀ ਡੇਟ ਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ pscb.ac.in ਤੇ ਵੀ ਬਾਅਦ ਵਿੱਚ ਉਪਲਬਧ ਹੋਵੇਗੀ। ਹੋਰ ਸੂਚਨਾ ਲੈਣ ਲਈ ਦਫ਼ਤਰੀ ਕੰਮਕਾਰਜ ਦੇ ਦਿਨ ਟੈਲੀਫੋਨ ਨੰਬਰ ਦਿੱਤੇ ਹੋਏ ਹਨ ਜਾਂ ਈਮੇਲ ਆਈਡੀ ਵੀ ਦਿੱਤਾ ਹੈ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਠੀਕ ਹੈ ਜੀ। ਸੋ ਇਹ ਹੈ ਤੁਹਾਡੇ ਪੇਪਰਾਂ ਦੀ ਜਿਹੜੀ ਉਹਨਾਂ ਦੀ ਡਿਟੇਲ ਦਸੀ ਸੀਗੀ ਤੇ ਨਾਲ ਹੀ ਪ੍ਰੈਕਟੀਕਲ ਪ੍ਰੀਖਿਆਵਾਂ ਜਿਹੜੀਆਂ ਹੋਣਗੀਆਂ ਪੇਪਰਾਂ ਤੋਂ ਬਾਅਦ ਠੀਕ ਹੈ ਜੀ ਉਹਨਾਂ ਬਾਰੇ ਵੀ ਪੂਰੀ ਡਿਟੇਲ ਦੇ ਵਿੱਚ ਦੱਸਿਆ ਹੋਇਆ ਹੈ। ਸੋ ਹੁਣ ਆਓ ਗੱਲ ਕਰਦੇ ਹਾਂ ਪ੍ਰੀ ਬੋਰਡ ਪ੍ਰੀਖਿਆਵਾਂ ਦੀ ਸੋ ਦੋਸਤੋ ਫਾਈਨਲ ਪ੍ਰੀਖਿਆਵਾਂ ਜਿਹੜੀਆਂ ਤੁਹਾਡੀਆਂ ਫਰਵਰੀ ਅਤੇ ਮਾਰਚ ਦੇ ਵਿੱਚ ਸ਼ੁਰੂ ਹੋ ਰਹੀਆਂ ਹਨ ਯਾਨੀ ਕਿ ਫਰਵਰੀ ਤੋਂ ਸ਼ੁਰੂ ਹੋ ਜਾਣਗੀਆਂ ਤੇ ਮਾਰਚ ਦੇ ਸਟਾਰਟਿੰਗ ਤੱਕ ਚੱਲਣਗੀਆਂ ਸੋ ਜ਼ਾਹਿਰ ਜੀ ਗੱਲ ਹੈ ਤੇ ਜਿਹੜੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਹੋਣਗੀਆਂ ਉਹ ਠਾਂਡੀ ਯਾਨੀ ਕਿ ਅਗਲੇ ਮਹੀਨੇ ਤੋਂ ਯਾਨੀ ਕਿ ਚੜ੍ਹਦੇ ਸਾਲ ਜਨਵਰੀ ਤੋਂ ਸ਼ੁਰੂ ਹੋ ਜਾਣਗੀਆਂ ਸੋ ਹਮੇਸ਼ਾ ਇਹੀ ਅਦਾ ਹੁੰਦਾ ਹੈ ਲਗਭਗ ਇੱਕ ਮਹੀਨਾ ਪਹਿਲਾਂ ਜਿਹੜੀਆਂ ਹੈ ਪ੍ਰੀ ਬੋਰਡ ਪ੍ਰੀਖਿਆਵਾਂ ਲਈਆਂ ਜਾਂਦੀਆਂ ਹਨ ਸੋ ਦੋਸਤੋ ਅਸੀਂ ਤੁਹਾਨੂੰ ਇਸ ਵਾਰੀ ਤੁਹਾਡੇ ਜਿਹੜੇ 22 ਮੰਥਲੀ ਪੇਪਰ ਸੀ ਉਹਦੇ ਸੈਂਪਲ ਪੇਪਰ ਅਸੀਂ ਪਾਈ ਸੀ ਤੁਹਾਡੀ ਤਿਆਰੀ ਦੇ ਲਈ ਸੋ ਹੁਣ ਤੁਹਾਡੀ ਅਸੀਂ ਜਿਹੜੀ ਫਾਈਨਲ ਪੇਪਰਾਂ ਦੀ ਹੈ ਉਹ ਵੀ ਤਿਆਰੀ ਪੂਰੀ ਮੁਕੰਮਲ ਕਰਾਵਾਂਗੇ ਠੀਕ ਹੈ ਜੀ ਤੁਹਾਨੂੰ ਸਾਡੀ ਵੈਬਸਾਈਟ ਦਾ ਪਤਾ ਹੈ www.thepunjabiclass.com ਜੀ ਹਾਂ ਇੱਥੇ ਜਾਣਾ ਹੈ ਇੱਥੇ ਅਸੀਂ ਤੁਹਾਡੇ ਜਿਹੜੇ ਮੋਸਟ ਇੰਪੋਰਟੈਂਟ ਕੁਐਸਚਨ ਹਨ ਉਹ ਵੀ ਲੈ ਕੇ ਆਵਾਂਗੇ ਪ੍ਰੀ ਬੋਰਡ ਦੇ ਸੈਂਪਲ ਪੇਪਰ ਵੀ ਤੇ ਫਾਈਨਲ ਜਿਹੜੇ ਪੇਪਰ ਹੋਣਗੇ ਉਹਨਾਂ ਦੇ ਸੈਂਪਲ ਪੇਪਰ ਲੈ ਕੇ ਆਵਾਂਗੇ ਨਾਲ ਨਾਲ ਤੁਹਾਡੀ ਜਿਹੜੀਆਂ ਸਾਡੀਆਂ ਵੀਡੀਓ ਚੱਲਦੀਆਂ ਰਹਿੰਦੀਆਂ ਹਨ ਉਹਨਾਂ ਦੇ ਵਿੱਚ ਵੀ ਪੂਰੀ ਤਿਆਰੀ ਤੁਹਾਨੂੰ ਕਰ ਸੋ ਦੋਸਤੋ ਏਸੀ ਇਸ ਵੇਲੇ ਦੀ ਖਬਰ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ